ਦੁਕਾਨਾਂ ਦੇ ਵਿੱਚ ਕਾਫੀ ਸਮਾਨ ਬੂਟ ਤੇ ਗਾਰਮੈਂਟਸ ਤੇ ਕਾਸਮੈਟਿਕ ਵਗੈਰਾ ਦਾ ਸਮਾਨ ਸੀਗਾ। ਉਹ 9 ਦੁਕਾਨਾਂ ਦੇ ਵਿੱਚ ਉਹਨਾਂ ਨੇ ਚੋਰੀ ਕੀਤੀ ਸੀ। ਕੁਝ ਕੈਸ਼ ਲੈ ਗਏ ਸੀਗੇ, ਕੋਈ ਸਮਾਨ ਹੈ। ਪਿਛਲੇ ਕਾਫੀ ਦਿਨਾਂ ਤੋਂ ਤਕਰੀਬਨ 15-16 ਦਿਨ ਤੋਂ ਕਰਫਿਊ ਲੱਗਾ ਹੋਇਆ, ਉਹਦੇ ਕਰਕੇ ਜਿਹੜੀਆਂ ਦੁਕਾਨਾਂ ਬਿਲਕੁਲ ਸੁੰਨਸਾਨ ਤੇ ਬੰਦ ਪਈਆਂ ਨੇ। ਤੇ ਇਹ ਜਿਹੜੇ ਹੈਗੇ ਆ 2 ਜਣੇ ਲਖਵਿੰਦਰ ਤੇ ਪਿੱਕੂ ਨੂੰ ਫੜਿਆ ਗਿਆ। ਮੁਕਤਸਰ ਸਾਹਿਬ ਪੁਲਿਸ ਨੇ ਚੋਰੀ ਦੀ ਵਾਰਦਾਤਾਂ ਨੂੰ ਸੁਲਝਾਉਂਦੇ ਹੋਏ 2 ਵਿਅਕਤੀਆਂ ਨੂੰ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮੁਕਤਸਰ ਸਾਹਿਬ ਵਿੱਚ ਪਿਛਲੇ ਦਿਨੀ ਚੋਰਾਂ ਨੇ 9 ਦੁਕਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ, ਜਿਸ ਵਿੱਚ ਉਹਨਾਂ ਵੱਲੋਂ ਨਕਦੀ, ਕੋਸਮੈਟਿਕ ਦਾ ਸਮਾਨ, ਕੱਪੜੇ ਆਦਿ ਚੋਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਉਹਨਾਂ ਵੱਲੋਂ ਚੋਰੀ ਦੇ ਸਮਾਨ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ ਕਾਫੀ ਦਿਨਾਂ ਤੋਂ ਤਕਰੀਬਨ 15-16 ਦਿਨ ਤੋਂ ਕਰਫਿਊ ਲੱਗਾ ਹੋਇਆ, ਉਹਦੇ ਕਰਕੇ ਜਿਹੜੀਆਂ ਦੁਕਾਨਾਂ ਬਿਲਕੁਲ ਸੁੰਨਸਾਨ ਤੇ ਬੰਦ ਪਈਆਂ ਨੇ। ਤੇ ਇਹ ਜਿਹੜੇ ਹੈਗੇ ਆ 2 ਜਣੇ ਲਖਵਿੰਦਰ ਤੇ ਪਿੱਕੂ ਫੜੇ ਨੇ। ਇਹਨਾਂ ਨੇ ਕੱਲ੍ਹ ਸਾਡੇ ਕੋਲ FIR ਦਰਜ ਕੀਤੀ ਹੈ। ਜਦੋਂ ਉਹਨਾਂ ਨੇ ਆ ਕੇ ਚੈੱਕ ਕੀਤਾ ਤੇ 9 ਦੁਕਾਨਾਂ ਦੇ ਵਿੱਚ ਕਾਫੀ ਸਮਾਨ ਬੂਟ ਤੇ ਗਾਰਮੈਂਟਸ ਤੇ ਕਾਸਮੈਟਿਕ ਵਗੈਰਾ ਦਾ ਸਮਾਨ ਸੀਗਾ। ਉਹ 9 ਦੁਕਾਨਾਂ ਦੇ ਵਿੱਚ ਉਹਨਾਂ ਨੇ ਚੋਰੀ ਕੀਤੀ ਸੀ। ਕੁਝ ਕੈਸ਼ ਲੈ ਗਏ ਸੀਗੇ, ਕੋਈ ਸਮਾਨ ਹੈ। ਤੇ 24 ਘੰਟੇ ਦੇ ਵਿੱਚ ਮਤਲਬ ਤੇਜ਼ੀ ਨਾਲ ਕਾਰਵਾਈ ਕਰਕੇ ਤੇ ਇਹਨਾਂ ਨੂੰ ਫੜਿਆ ਗਿਆ, ਕਿਉਂਕਿ ਇਹਦਾ ਬਹੁਤ ਮਾੜਾ ਅਸਰ ਹੈ ਬਿਲਕੁਲ ਸਾਡੇ ਗੁਆਂਢੀ ਰੈੱਡ ਕ੍ਰਾਸ ਦੇ ਬਿਲਕੁਲ ਸਾਹਮਣੇ ਇਹ ਵਾਰਦਾਤ ਜਿਹੜੀ ਇਹਨਾਂ ਨੇ ਕੀਤੀ ਹੈ। ਸਰ, ਇਸ ਤੋਂ ਪਹਿਲਾਂ ਵੀ ਇਹਨਾਂ ਦੇ ਕੋਈ ਮਾਮਲੇ ਦਰਜ ਹੈਗੇ ਜੀ? ਇਹ ਅਜੇ ਪੜਤਾਲ ਕਰਨੀ ਬਾਕੀ, ਉਹ ਬਾਅਦ ਚੋਂ ਪੁੱਛਗਿੱਛ ਕਰਕੇ ਲਿਆਵਾਂਗੇ। ਕੀ ਕੀ ਧਾਰਾ ਜਿਹੜੀ ਇਹਨਾਂ 'ਤੇ ਲਗਾਈ ਗਈ ਹੈ? ਇਹ 379 ਦੇ ਵਿੱਚ ਜਿਹੜੇ ਚੋਰੀ 411 ਵਗੈਰਾ ਦੇ ਵਿੱਚ ਕਵਰ ਕੀਤੇ ਹੈ। ਮੁਕਤਸਰ ਸਾਹਿਬ ਤੋਂ ਤਰਸੇਮ ਟੁੱਡੀ ਦੀ ਰਿਪੋਰਟ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕੰਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।